ਤਾਂ ਵੈਸੇ ਦੂਸਰਾ ਮੈਂ ਇਹ ਤੁਹਾਡੇ ਖਿਆਲ ਦੇ ਵਿੱਚ ਇਹਨਾਂ ਨੂੰ ਪੈਸਾ ਜਮ੍ਹਾਂ ਕਰਾਉਣ ਦੀਆਂ ਜਿਹੜੇ ਇਧਰੋਂ ਜੇ ਕਿਸੇ ਨੂੰ ਪੈਸਾ ਭੇਜਣਾ ਹੋਵੇ ਜਾਂ ਉਧਰੋਂ ਇੱਧਰ ਲਿਆਉਣਾ ਹੋਵੇ ਉਹਦੀ ਕੀ ਸਕੀਮ ਹੈਗੀ ਉਹਦੇ ਬਾਰੇ ਕੀ ਤੁਸੀਂ? ਹਾਂ, ਤੁਸੀਂ ਬੜਾ ਸੋਹਣਾ ਸਵਾਲ ਪੁੱਛਿਆ ਜੀ। ਹਾਂਜੀ, ਪਹਿਲੀ ਪ੍ਰੋਬਲਮ ਤਾਂ ਇਹੀ ਹੁੰਦੀ ਹੈ ਕਿ ਪੈਸਾ ਇੱਥੋਂ ਕਿਵੇਂ ਭੇਜੀਏ। ਹਾਂਜੀ, ਬਹੁਤ ਹੁੰਦੀ ਬੜੀ ਵੱਡੀ ਪ੍ਰੋਬਲਮ। ਹਾਂਜੀ ਹਾਂ, ਤੇ ਇਸ ਤੋਂ ਬਾਅਦ ਆਪਾਂ ਦੂਸਰਾ ਵੀ ਦੱਸਾਂਗੇ ਉਧਰੋਂ ਕਿੱਦਾਂ ਇੱਧਰ ਮੰਗਵਾਈਏ। ਇੱਥੋਂ ਜਿਹੜੇ ਪੁਰਾਣੇ ਸਿਸਟਮ ਚੱਲਦੇ ਸੀ, ਹਾਂਜੀ, ਬੰਦਾ ਗਿਆ ਕੈਸ਼ ਲੈ ਗਿਆ, ਕੈਸ਼ ਵੀ ਲਿਜਾ ਸਕਦੇ ਹੋ, ਲੇਕਿਨ ਜਦੋਂ ਤੁਸੀਂ ਇੰਡੀਆ ਦੀ ਵਿਜਿਟ ਤੇ ਜਾ ਰਹੇ ਹੋ ਉਦੋਂ ਕੈਸ਼ ਲਿਜਾ ਸਕਦੇ ਹੋ। ਕਿਸੇ ਕੋਲ ਭੇਜਣਾ ਜਿਹੜਾ ਉਹ ਗਲਤ ਹੈ। ਇੰਡੀਆ ਦੀ ਵਿਜਿਟ ਕਹੇ ਆ ਤੁਸੀਂ ਕੈਸ਼ ਲੈ ਜਾਓ। ਹਾਂਜੀ, ਹੁਣ ਜੇ ਤਾਂ ਤੁਸੀਂ US ਡਾਲਰ 5,000 ਤੱਕ, ਹਾਂਜੀ, ਮਤਲਬ ਜਿਹਦਾ ਇਕੁਇਵਲੈਂਟ 3,000 ਪਾਉਂਡ ਬਣਦਾ ਹੈ, ਹਾਂਜੀ, ਇੰਨਾ ਲੈ ਕੇ ਜਾ ਰਹੇ ਹੋ ਤਾਂ ਤੁਹਾਨੂੰ ਕੋਈ ਏਅਰਪੋਰਟ ਤੇ ਕੋਈ ਫਾਰਮੈਲਿਟੀ ਨਹੀਂ ਹੈ ਲੈ ਜਾਓ। ਲੇਕਿਨ ਅਗਰ ਇਸ ਤੋਂ ਵੱਧ ਹੈ ਤੇ ਤੁਹਾਨੂੰ ਉੱਥੇ ਡਿਕਲੇਅਰ ਕਰਨਾ ਚਾਹੀਦਾ। ਕਰੰਸੀ ਡੈਕਲੇਰੇਸ਼ਨ ਫਾਰਮ ਹੁੰਦਾ ਇੱਕ, ਭਰ ਕੇ ਦੇਣਾ ਉਹ ਕਸਟਮਰ ਨੂੰ ਭਰ ਕੇ ਦੇਣਾ ਚਾਹੀਦਾ, ਉਹਦਾ ਕੋਈ ਨੁਕਸਾਨ ਨਹੀਂ ਹੈ। ਹਾਂਜੀ, ਬਸ ਉਹਦਾ ਇਹ ਹੈ ਕਿ ਜਦੋਂ ਤੁਸੀਂ ਵਾਪਸ ਆਓਗੇ, ਹਾਂਜੀ, ਤਾਂ ਉਹ ਤੁਹਾਨੂੰ ਪੁੱਛ ਸਕਦੇ ਆ ਕਿ ਤੁਸੀਂ ਜਿਹੜੇ ਲੈ ਕੇ ਗਏ ਸੀਗੇ ਕੈਸ਼, ਇਹ ਤੁਸੀਂ ਪ੍ਰੋਪਰ ਬੈਂਕ ਵਾਪਸ ਲਿਆਉਣ ਦੀ ਲੋੜ ਨਹੀਂ, ਤੁਸੀਂ ਬੈਂਕਿੰਗ ਨੂੰ ਦਿੱਤਾ ਜਾਂ ਲੀਗਲ ਚੈਨਲ ਨੂੰ ਦਿੱਤਾ, ਜਿੱਥੇ ਵੀ ਤੁਸੀਂ ਬੈਂਕ ਜਮ੍ਹਾਂ ਕਰਾਓ ਜਾਂ ਆਥੋਰਾਈਜ਼ ਮਨੀ ਚੇਂਜਰ ਕਰਾਓ, ਉਹਦੀ ਰਸੀਦ ਹੋਣੀ ਚਾਹੀਦੀ। ਇਹਦਾ ਪਰਪਸ ਕੋਈ ਹੋਰ ਨਹੀਂ ਹੈ, ਕੋਈ ਇਨਕੁਆਇਰੀ ਨਹੀਂ ਹੈ, ਕੁਛ ਨਹੀਂ ਹੈ। ਸਿਰਫ ਇੰਡੀਅਨ ਗਵਰਨਮੈਂਟ ਨੇ ਇਹ ਸੋਚਿਆ ਹੈ ਕਿ ਇਹ ਜਿਹੜਾ ਪੈਸਾ ਬਾਹਰੋਂ ਆਇਆ ਇਹ ਮਿਸ ਯੂਜ ਨਾ ਹੋਵੇ, ਲੱਗਿਆ ਕਿੱਥੇ ਹੈਗਾ, ਹਾਂਜੀ, ਮਿਸ ਯੂਜ ਨਾ ਹੋਵੇ, ਕਿਉਂਕਿ ਉਹ ਬੈਂਕ ਜੀ ਨਹੀਂ ਦਿੰਦਾ, ਆਥੋਰਾਈਜ਼ ਪਰਸਨ ਨਹੀਂ ਦਿੰਦਾ, ਕੋਈ ਅਨਆਥੋਰਾਈਜ਼ ਪਰਸਨ ਨੂੰ ਦੇ ਦਿੰਦਾ, ਹਾਂਜੀ, ਤੇ ਉਹ ਉਹਦੀਆਂ ਡਰੱਗਸ ਖਰੀਦ ਸਕਦਾ ਇੰਟਰਨੈਸ਼ਨਲ ਮਾਰਕੀਟ ਚ, ਹਾਂਜੀ, ਉਹਦੇ ਵੈਪਨਸ ਖਰੀਦ ਸਕਦਾ, ਟੈਰੋਰਿਜ਼ਮ ਦੇ ਵਿੱਚ ਜਾ ਸਕਦਾ ਪੈਸਾ। ਪਰ ਇਹਦੇ ਵਿੱਚ ਇਹ ਸੋਚਣ ਵਾਲੀ ਗੱਲ ਹੈਗੀ ਵੀ ਸੁਣਨ ਵਾਲਿਆਂ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਵੀ ਕਈ ਵਾਰੀ ਅਸੀਂ ਉਸ ਤਰ੍ਹਾਂ ਹੀ ਖਰਚ ਲੈਂਦੇ ਹਾਂ, ਲੇਕਿਨ ਇਹ ਚੇਤਾ ਭਰਾ ਦਿੰਦੇ ਵੀ ਇਹਦੀ ਰਸੀਦ ਲਈ ਹੋਵੇ ਤਾਂ ਤੁਹਾਡੇ ਲਈ ਉਹਨਾਂ ਲਈ ਫਾਇਦਾ ਹੁੰਦਾ, ਤੇ ਕਈ ਅਸੀਂ ਉਸ ਤਰ੍ਹਾਂ ਹੀ ਕਰਦੇ, ਕਦੀ ਇਸ ਗੱਲ ਨਾਲ ਬੋਦਰ ਨਹੀਂ ਕਰਦੇ, ਕਈ ਤਰ੍ਹਾਂ ਪੁੱਛਦੇ ਹਾਂ ਤਾਂ ਫਿਰ ਕਹਿੰਦੇ ਹਾਂ ਅਸੀਂ ਆਹ ਕਰਦੇ ਕੀਤਾ, ਆਹ ਕਰਦੇ ਕੀਤਾ, ਕਿਉਂ ਕਈ ਸੁਣਨ ਵਾਲੇ ਵੀ ਕਹਿਣਗੇ ਕਿ ਅਸੀਂ ਤਾਂ 10,000 ਪਾਉਂਡ ਲੈ ਜਾਂਦੇ, ਸਾਨੂੰ ਕਿਸੇ ਨੇ ਨਹੀਂ ਪੁੱਛਿਆ। ਹਾਂਜੀ ਹਾਂਜੀ, ਉੱਥੇ ਗ੍ਰੀਨ ਲਾਈਟ ਦੇ ਵਿੱਚ ਤੁਸੀਂ ਲੰਘੋਗੇ ਕੋਈ ਨਹੀਂ ਪੁੱਛੇਗਾ। ਹਾਂਜੀ, ਉਹਦਾ ਮਤਲਬ ਇਹ ਹੈ ਕਿ ਤੁਸੀਂ ਜੋ ਲੀਗਲ ਪ੍ਰੋਵੀਜ਼ਨ ਹੈ ਉਹਦੇ ਮੁਤਾਬਕ ਜਾ ਰਹੇ ਹੋ। ਹਾਂਜੀ, ਅਗਰ ਉਹ ਨਿਕਲਦੇ ਬੰਦੇ ਨੂੰ ਅਥਾਰਟੀਜ਼ ਫੜਦੇ ਆ, ਚੈੱਕ ਕਰਦੇ ਆ, ਉਹਦੇ ਕੋਲ 20,000 ਪਾਉਂਡ ਨਿਕਲਦਾ ਤਾਂ ਉਹ ਉਹਨੂੰ ਜ਼ਬਤ ਵੀ ਕਰ ਸਕਦੇ ਆ, ਕਨਫਿਸਕੇਟ ਕਰ ਸਕਦੇ ਆ। ਤੁਹਾਡੇ ਕਹਿਣ ਦਾ ਮਤਲਬ ਹੈਗਾ ਵੀ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਪ੍ਰੋਪਰ ਵੇ ਦੇ ਨਾਲ ਕਰੋ ਤਾਂ ਉਹਦੇ ਵਿੱਚ ਤੁਹਾਨੂੰ ਘਬਰਾਉਣ ਜਾਣੀ ਇਸਾਂ ਤਕਲੀਫ ਨਹੀਂ ਹੁੰਦੀ ਹੈਗੀ ਤੇ ਨੁਕਸਾਨ ਵੀ ਨਹੀਂ ਹੁੰਦਾ ਹੈਗਾ। ਵੈਸੇ ਅਸੀਂ ਲੋਕ ਕਰਦੇ ਇਸੇ ਤਰ੍ਹਾਂ, ਜ਼ਿਆਦਾ ਅਸੀਂ ਜਾਂਦੇ ਹੈਗੇ ਤੇ ਇਸ ਤਰ੍ਹਾਂ ਹੀ ਖੁੱਲੇ ਹੀ ਲੈ ਜਾਂਦੇ ਹਾਂ, ਅਸੀਂ ਕਹਿੰਦੇ ਕੋਈ ਨੀ ਕੋਈ ਦੱਸ ਤਾਂ ਸਾਰੇ ਇਸ ਤਰ੍ਹਾਂ ਕਹਿੰਦੇ ਇੱਦਾਂ ਹੀ ਲੈ ਕੇ ਜਾਈਦਾ, ਤੁਸੀਂ ਨਵੀਂ ਨਵੀਂ ਗੱਲਾਂ ਦੱਸਦੇ ਇੱਦਾਂ ਹੀ ਲੈ ਕੇ ਜਾਈਦਾ, ਪਰ ਜਦੋਂ ਤੁਸੀਂ ਪੁੱਛਦੇ ਕਹਿੰਦੇ ਇੰਡੀਅਨ ਗਵਰਨਮੈਂਟ ਹੈ ਹੀ ਇੱਦਾਂ ਦੀ, ਇੱਦਾਂ ਕਹਿੰਦੇ ਉੱਥੇ ਜਾਣ ਕੇ ਇੱਦਾਂ ਕਰਦੇ, ਉਹ ਤਾਂ ਕੁਛ ਲੈਣ ਦੇ ਮਾਰੇ ਇੱਦਾਂ ਕਰਦੇ ਪਤਾ ਨੀ ਹੁੰਦਾ ਲੋ ਕੀ ਹੈ, ਲੋ ਦੇ ਮੁਤਾਬਕ ਚੱਲੀਏ ਸਾਨੂੰ ਕਦੇ ਵੀ ਪ੍ਰੋਬਲਮ ਨਹੀਂ ਆਉਂਦੀ। ਦੂਸਰੇ ਹੁਣ ਏਦਾਂ 100 ਬੰਦੇ ਦੇ ਵਿੱਚੋਂ 90 ਬੰਦੇ ਲੰਘ ਵੀ ਜਾਂਦੇ, ਕਦੇ ਪ੍ਰੋਬਲਮ ਨਹੀਂ ਆਈ, ਪਰ ਇਹ ਪਤਾ ਨਹੀਂ ਜਦੋਂ ਆ ਗਏ ਫਿਰ ਪਤਾ ਨਹੀਂ ਨਾ ਹੁੰਦਾ, ਇਸ ਕਰਕੇ ਆਪਣੇ ਆਪ ਨੂੰ ਰੈਡੀ ਰੱਖਣਾ ਚਾਹੀਦਾ ਵੀ ਤੁਸੀਂ ਠੀਕ ਹੀ ਤੁਹਾਡਾ ਕੰਮ ਹੋਵੇ, ਪੇਪਰ ਵੀ ਠੀਕ ਹੋਵੇ ਤੇ ਕੋਈ ਪ੍ਰੋਬਲਮ ਨਾ ਆਵੇ। ਤੇ ਇਸੇ ਤਰ੍ਹਾਂ ਅਸੀਂ ਗੱਲਬਾਤ ਕਰਦੇ ਰਵਾਂਗੇ ਤੇ ਝਰਨਾ ਪ੍ਰੋਗਰਾਮ ਤੁਸੀਂ ਜਸਵੀਰ ਦੇ ਨਾਲ ਹੀ ਸੁਣ ਰਹੇ ਹੋ ਤੇ ਹਾਂਜੀ ਗਾ ਮੈਂ ਦੂਸਰਾ ਬਾਈ ਪੋਸਟ ਭੇਜ ਦੋ ਜਾਂ ਕਿਸੇ ਦੇ ਥਰੂ ਭੇਜ ਦੋ ਜਾਂ ਆਪ ਲੈ ਜਾਓ। ਇਹ ਦੋਨੋਂ ਸਿਸਟਮ ਥੋੜੇ ਪੁਰਾਣੇ ਹੋ ਗਏ ਨੇ, ਹੁਣ ਲੋਕਾਂ ਦੀ ਕੰਪਲੇਂਟ ਹੁੰਦੀ ਹੈ ਕਿ ਇੰਨੇ ਟਾਈਮ ਲੱਗ ਗਿਆ ਜੀ, ਪੈਸੇ ਅਜੇ ਤੱਕ ਮੇਰੇ ਖਾਤੇ ਚ ਨਹੀਂ ਗਏ। ਹਾਂਜੀ, ਸਭ ਤੋਂ ਫਾਸਟ ਮਾਡਰਨ ਤਰੀਕਾ ਇਹ ਹੈ ਕਿ ਇਹਨੂੰ ਇਲੈਕਟ੍ਰੋਨਿਕਲੀ ਭੇਜੋ। ਅੱਛਾ ਜੀ, ਇਲੈਕਟ੍ਰੋਨਿਕਲੀ ਸਵਿਫਟ ਦਾ ਸਿਸਟਮ ਹੈ, ਹਾਂਜੀ, ਸਾਰੀਆਂ ਇੰਟਰਨੈਸ਼ਨਲ ਬੈਂਕਾਂ ਆਪਸ ਵਿੱਚ ਜੁੜੀਆਂ ਹੋਈਆਂ। ਅੱਛਾ ਜੀ, ਤੇ ਤੁਸੀਂ ਇੱਥੇ ਕਿਸੇ ਵੀ ਬੈਂਕ ਨੂੰ ਜਾ ਕੇ ਦੱਸੋ ਕਿ ਮੈਂ ਇੰਨੇ ਪਾਉਂਡ ਜਿਹੜੇ ਇਹ ਮੇਰੀ ਬੈਂਕ ਦਾ ਸਵਿਫਟ ਕੋਡ ਹੈ ਤੇ ਇਹ ਮੇਰਾ ਅਕਾਊਂਟ ਹੈ। ਤੁਸੀਂ ਇੱਥੇ ਬੈਠੇ ਹੀ ਤੁਸੀਂ ਸਾਰਾ ਕੁਝ, ਉਹਦੇ ਵਿੱਚ ਕੋਈ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ, ਪੈਸਾ ਲੂਜ਼ ਨਹੀਂ ਹੁੰਦਾ ਹੈਗਾ। ਔਰ ਬੈਨੀਫਿਟ ਇਹ ਹੈ ਕਿ ਵਿਦਨ 2 or 3 ਵਰਕਿੰਗ ਡੇਜ਼ ਤੁਹਾਡੇ ਅਕਾਊਂਟ ਨੂੰ ਕ੍ਰੈਡਿਟ ਮਿਲ ਜਾਂਦਾ ਇੰਡੀਆ ਚ। ਅੱਛਾ ਜੀ, ਯਾਨੀ ਤਦ ਇਹ ਕਹਿੰਦੇ ਵੀ ਜੇ ਤੁਸੀਂ ਪ੍ਰੋਪਰ ਵੇ ਨਾਲ ਕੁਛ ਕਰਦੇ ਹੈਗੇ ਤਾਂ ਉਹਦੇ ਵਿੱਚ ਤੁਹਾਨੂੰ ਨੁਕਸਾਨ ਨਹੀਂ ਹੁੰਦਾ ਹੈਗਾ। ਤੇ ਪਰ ਕਈ ਲੋਕ ਇਸ ਤਰ੍ਹਾਂ ਸੋਚਦੇ ਹੋਣਗੇ ਵੀ ਜੇ ਅਸੀਂ ਇਸ ਤਰ੍ਹਾਂ ਕੀਤਾ ਪਤਾ ਨੀ ਸਾਨੂੰ ਇੰਡੀਅਨ ਗਵਰਨਮੈਂਟ ਦੇ ਉੱਤੇ ਟਰਸਟ ਨਹੀਂ ਹੈਗਾ ਜਾਂ ਕਿਸ ਤਰ੍ਹਾਂ ਦੇਖੋ ਇੰਡੀਅਨ ਗਵਰਨਮੈਂਟ ਦਾ ਵੀ ਕੋਈ ਨਹੀਂ ਹੈ। ਤੁਸੀਂ ਆਪਣੇ ਇੱਥੇ ਬੈਂਕ ਨੂੰ ਪਾਉਂਡ ਦਿੱਤੇ ਹੈ, ਉਹ ਰਸੀਦ ਲੈ ਲਈਏ, ਉਹਨੂੰ ਆਪਣੇ ਪਾਰਟੀਕੁਲਰ ਦੇ ਉੱਥੇ ਦੀ ਬੈਂਕ ਦੇ ਔਰ ਆਪਣੇ ਅਕਾਊਂਟ ਨੰਬਰ ਦੇ, ਹਾਂਜੀ,
ਤੇ ਉਹ ਰਸੀਦ ਤੁਹਾਡੇ ਕੋਲ ਹੈ ਹਾਂਜੀ ਜਦ ਤੱਕ ਜੇ ਤੁਹਾਡੇ ਅਕਾਊਂਟ ਚ ਕ੍ਰੈਡਿਟ ਨਹੀਂ ਮਿਲਦਾ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਹਾਂਜੀ ਨਹੀਂ ਨਹੀਂ ਤੁਹਾਡੇ ਨਾਲ ਕਦੇ ਇਸ ਤਰ੍ਹਾਂ ਲੋਸ ਨਹੀਂ ਹੁੰਦਾ ਹਾਂਜੀ ਇਹ ਬੜਾ ਐਫੀਸ਼ੀਐਂਟ ਵੇ ਹੈ ਹਾਂਜੀ ਤੁਹਾਡੇ ਨਾਲ ਅਸੀਂ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਪੂਰੇ ਅਸੀਂ ਮੈਂ 4 ਵਜੇ ਤੱਕ ਤੁਹਾਡਾ ਸਾਥ ਦਿੰਦੀ ਰਵਾਂਗੀ ਲੇਕਿਨ ਇਹ ਸਤਨਾਮ ਸਿੰਘ ਜੀ ਸਾਡੇ ਕੋਲ 1:15-2 ਵਜੇ ਤੱਕ ਬੈਠੇ ਰਹਿਣਗੇ ਤੇ ਤੁਸੀਂ ਵੈਸੇ ਕੁਐਸਚਨ ਟੈਲੀਫੋਨ ਤੇ ਕਰਦੇ ਹੈਗੇ ਆ ਤੇ ਕੋਈ ਗੱਲ ਨਹੀਂ ਅਸੀਂ ਉਹ ਵੀ ਤੁਹਾਡਾ ਜਵਾਬ ਵੀ ਦਿੰਦੇ ਹਾਂ ਹਾਂਜੀ ਹੁਣ ਅਸੀਂ ਲਾਈਨ ਤੇ ਚੱਲਦੇ ਹਾਂ ਸਾਡਾ ਇੰਤਜ਼ਾਰ ਕਰ ਰਹੇ ਆ ਹੈਲੋ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਹਾਂਜੀ ਜੀ ਤੁਸੀਂ ਦੱਸੋਗੇ ਕੌਣ ਬੋਲਦੇ ਆ ਜੀ ਤੁਸੀਂ ਮੈਂ ਦੇਵ ਪ੍ਰਕਾਸ਼ ਬੋਲ ਰਿਹਾ ਅੱਛਾ ਜੀ ਦੇਵ ਪ੍ਰਕਾਸ਼ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ ਅੱਜ ਤੁਹਾਡੇ ਆਪਣੇ ਗੈਸਟ ਮਨੀ ਇਨਵੈਸਟ ਕਰਨ ਦੇ ਬਾਰੇ ਦੱਸਦੇ ਤੁਹਾਨੂੰ ਸਲਾਮ ਜੀ ਆਏ ਨੇ ਇਹਨਾਂ ਦੀਆਂ ਗੱਲਾਂ ਕਾਫੀ ਅੱਛੀਆਂ ਸੀਗੀਆਂ ਬਹੁਤ ਹੀ ਸਮਝਣ ਵਾਲੀਆਂ ਬੜੀ ਉਸਦੀ ਨੌਲੇਜ ਮਿਲ ਰਹੀ ਹੈ ਪਰ ਮੇਰੇ ਦਿਮਾਗ ਚ ਥੋੜੀ ਜਿਹੀ ਸ਼ੰਕਾ ਹੈਗੀ ਆ ਮੈਨੂੰ ਨਕਲੀ ਕਰਨਾ ਚਾਹੁੰਦਾ ਮੈਨੂੰ ਇਹ ਨੀ ਅਜੇ ਪਤਾ ਲੱਗਾ ਮੈਂ ਹੁਣੇ ਉਹਨਾਂ ਦੀ ਗੱਲਬਾਤ ਸੁਣਨੀ ਸ਼ੁਰੂ ਕੀਤੀ ਸੀ ਕਿ ਇਹ ਕਿਹੜੇ ਬੈਂਕ ਨਾਲ ਇਹਨਾਂ ਦਾ ਤਾਲੁਕ ਹੈ ਵੈਸੇ ਚੀਜ਼ਾਂ ਤਾਂ ਬਹੁਤ ਅੱਛੀਆਂ ਦੱਸ ਰਹੇ ਸੀ ਮੈਂ ਪਹਿਲਾ ਕੁਐਸਚਨ ਇਹਨੂੰ ਸਲਾਮ ਜੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿੱਦਾਂ ਕਿ ਇਹਨਾਂ ਨੇ ਹੁਣੇ ਦੱਸਿਆ 3 ਕਿਸਮ ਦੇ ਅਕਾਊਂਟ ਨੇ ਐਨਆਈਆਰ ਦੇ ਪਹਿਲਾ ਜਿਹੜਾ ਰੂਪੀ ਚ ਹੋਏਗਾ ਦੂਸਰਾ ਜਿਹੜਾ ਫੋਰਨ ਐਕਸਚੇਂਜ ਹੋਏਗਾ ਤੀਸਰਾ ਜਿਹੜਾ ਐਨਆਰਓ ਹੋਏਗਾ ਜਿਹੜਾ ਪਹਿਲਾ ਅਕਾਊਂਟ ਇਹਨਾਂ ਨੇ ਦੱਸਿਆ ਉਹਦੇ ਤੁਹਾਡੇ ਪਾਉਂਡ ਜਾਂਦੇ ਨੇ ਤੇ ਉਹ ਕਨਵਰਟ ਰੂਪੀ ਚ ਹੋ ਜਾਂਦੇ ਨੇ ਉਹ ਸਟਿਲ ਜਿਹੜਾ ਕੋਸਟ ਕਰਦਾ ਕਿ ਤੁਹਾਡਾ ਐਨਆਰਆਈ ਅਕਾਊਂਟ ਫੋਰਨ ਐਕਸਚੇਂਜ ਅਕਾਊਂਟ ਹੈਗਾ ਤੇ ਉਹਦੇ ਵਿੱਚ ਜਿਹੜੇ ਸਾਡੇ ਪੈਸੇ ਜਮ੍ਹਾਂ ਹੋ ਜਾਂਦੇ ਨੇ ਕਿਆ ਸਾਨੂੰ ਜ਼ਰੂਰਤ ਪਵੇ ਉਹ ਰੂਪੀ ਨੂੰ ਕਨਵਰਟ ਕਰਕੇ ਅਸੀਂ ਵਾਪਸ ਇੰਗਲੈਂਡ ਮੰਗਾ ਸਕਦੇ ਹਾਂ ਹਾਂਜੀ ਦੇਵ ਜੀ ਬੜਾ ਥੈਂਕ ਯੂ ਵੈਰੀ ਮਚ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜੀ ਇਹ ਜਿਹੜਾ ਤੁਸੀਂ ਇੱਕ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਫਰਦਰ ਕੋਈ ਡਿਟੇਲ ਜ਼ਿਆਦਾ ਵੀ ਲੈਣੀ ਹੈ ਤੇ ਮੇਰਾ ਵੈਬਸਾਈਟ ਹੈ nrimanager.com nrimanager.com ਇਹਦੇ ਤੋਂ ਤੁਸੀਂ ਮੈਨੂੰ ਕਦੇ ਵੀ ਇਹਦੇ ਤੋਂ ਦੇਖ ਸਕਦੇ ਹੋ ਇਹਦੇ ਤੇ ਮੇਰੇ ਕੰਟੈਕਟ ਨੰਬਰ ਨੇ ਉਹ ਤੁਸੀਂ ਕਦੇ ਵੀ ਕੰਟੈਕਟ ਕਰ ਸਕਦੇ ਹੋ ਅੱਛਾ ਹੁਣ ਤੁਹਾਡੇ